Tá
Yeah.
ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਪਰਮ ਪੂਜਨੀਕ ਪਰਮ ਪਿਤਾ ਪਤਿਤ ਪਾਵਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੜੇ ਪਿਆਰ ਨਾਲ ਸ਼ਰਧਾ ਨਾਲ ਜੁੜ ਮਿਲ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਨਮਾਨਯੋਗ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਮਹਾਨ ਰਹਿਮਤ ਬਖਸ਼ਿਸ਼ ਕੀਤੀ ਹੈ ਸਾਨੂੰ ਸਭ ਨੂੰ ਤਰਸ ਕਰਕੇ ਆਪਣੀ ਮਹਾਨ ਪਵਿੱਤਰ ਗੋਦ ਸਤਸੰਗਤ ਵਿੱਚ ਜੁੜ ਮਿਲ ਬੈਠਣ ਦੇ ਸੁਭਾਗ ਬਖਸ਼ਿਸ਼ ਕੀਤੇ ਨੇ। ਇਹ ਦੋ ਰੋਜ਼ਾ ਗੁਰਮਤਿ ਸਮਾਗਮ ਸੱਚਖੰਡ ਵਾਸੀ ਮਹਾਂਪੁਰਖ ਧੰਨ ਬਾਬਾ ਠਾਕੁਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤਿੰਨਾਂ ਦੀ ਯਾਦ ਵਿੱਚ ਤਿੰਨਾਂ ਨੂੰ ਯਾਦ ਕਰਦੇ ਹਾਂ ਔਰ ਜੋ ਉਹਨਾਂ ਨੇ ਆਪਣੇ ਜੀਵਨ ਵਿੱਚ ਸਤਿਗੁਰੂ ਜੀ ਦੀ ਬਾਣੀ ਦੇ ਬਚਨਾਂ ਨੂੰ ਕਮਾਇਆ ਔਰ ਇੰਨੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਅੰਦਰੋਂ ਜੁੜ ਕੇ ਇਸ ਬਾਣੀ ਦਾ ਜਪ ਕੀਤਾ, ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਉਹਨਾਂ ਦੇ ਜੀਵਨ ਤੋਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਵੀ ਉਹਨਾਂ ਦਾ ਸਰੀਰ ਜਿਹੜਾ ਹੈ ਉਹ ਭਾਵੇਂ ਪੰਜਾਂ ਤੱਤਾਂ ਦਾ ਹੀ ਸੀ ਪਰ ਉਹਨਾਂ ਦੀ ਆਤਮਾ ਸਤਿਗੁਰੂ ਜੀ ਦੀ ਬਾਣੀ ਵਿੱਚ ਅਭੇਦ ਹੋ ਚੁੱਕੀ ਸੀ ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਗੁਰਬਾਣੀ ਬਣੀ ਹੈ ਵੀ ਸਿੱਖਾ ਇੰਨੇ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਬਾਣੀ ਨੂੰ ਜਪ, ਬਾਣੀ ਦਾ ਜਪ ਕਰ, ਬਾਣੀ ਨੂੰ ਆਪਣੇ ਹਿਰਦੇ ਚ ਵਸਾ, ਬਾਣੀ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਆ, ਤੂੰ ਬਾਣੀ ਦਾ ਰੂਪ ਹੀ ਹੋ ਜਾ। ਔਰ ਉਹਨਾਂ ਦੇ ਜੀਵਨ ਵਿੱਚ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਵਰਤਾਈ, ਇਹ ਰਹਿਮਤਾਂ ਉਹਨਾਂ ਨੂੰ ਪ੍ਰਾਪਤ ਹੋਈਆਂ ਔਰ ਉਹਨਾਂ ਨੇ ਆਪਣੇ ਜੀਵਨ ਵਿੱਚ ਹਜ਼ਾਰਾਂ ਲੱਖਾਂ ਨੂੰ ਟੁੱਟਿਆਂ ਹੋਇਆਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਿਆ। ਕਦੀ ਆਪਣੇ ਸਰੀਰ ਦੀ ਪੂਜਾ ਨਹੀਂ ਕਰਾਈ, ਕਦੀ ਸੇਵਾ ਨਹੀਂ ਕਰਾਈ। ਸੰਗਤ ਤੇ ਦੂਰ ਦੀ ਗੱਲ ਸੀ, ਜਥੇ ਦਾ ਕੋਈ ਸਿੰਘ ਵੀ ਉਹਨਾਂ ਦੇ ਚਰਨਾਂ ਨੂੰ ਹੱਥ ਨਹੀਂ ਸੀ ਲਾ ਸਕਦਾ। ਇੰਨਾ ਉਹਨਾਂ ਦੇ ਅੰਦਰ ਇਹ ਸੀ ਵੀ ਜਿਹੜਾ ਵੀ ਜੁੜੇ ਸਿੱਧਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਹੀ ਜੁੜੇ, ਸਾਡੇ ਸਰੀਰ ਨਾਲ ਨਾਲ ਕੋਈ ਜੁੜੇ। ਔਰ ਦਮਦਮੀ ਟਕਸਾਲ ਦੇ ਮਹਾਨ ਮਹਾਂਪੁਰਖਾਂ ਦਾ ਮੁੱਢ ਤੋਂ ਇੱਕੋ ਹੀ ਆਸ਼ਾ, ਇੱਕੋ ਹੀ ਮਨੋਰਥ ਵੀ ਜਿਹੜਾ ਵੀ ਉਹਨਾਂ ਦੀ ਸੰਗਤ ਵਿੱਚ ਆਇਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਜਾਵੇ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼, ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਥਾ ਕਰਦੇ ਆ, ਇਹ ਬਚਨ ਸੁਣਾਉਂਦੇ ਨੇ ਵੀ ਉਹਨਾਂ ਦਾ ਜਨਮ ਉਹਨਾਂ ਦੇ ਵੱਡ ਪੁਰਖਿਆਂ ਨੂੰ, ਮਾਤਾ ਨੂੰ, ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਵਰ ਬਖਸ਼ਿਸ਼ ਕੀਤਾ ਸੀ ਉਹਨਾਂ ਦੀ ਕੁੱਲ
ਵੀ ਸਮਾਂ ਆਵੇਗਾ ਤੁਹਾਡੇ ਘਰ ਵਿੱਚ ਪੂਰਨ ਖਾਲਸਾ ਪ੍ਰਗਟ ਹੋਵੇਗਾ, ਐਸਾ ਮਹਾਂਪੁਰਸ਼ ਪੈਦਾ ਹੋਵੇਗਾ ਜਿਹਦੇ ਵਿੱਚ ਖਾਲਸੇ ਦੇ ਗੁਣ ਹੋਣਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਬਚਨ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਸ਼ ਪਿੰਡਰਾਂ ਵਾਲੇ ਕਥਾ ਕਰਦਿਆਂ ਦੱਸਦੇ, ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਲਈ। ਨਾਭਾ ਸਾਹਿਬ ਦੀ ਧਰਤੀ ਤੇ ਮਹਾਂਪੁਰਸ਼ ਕਥਾ ਵਿਚਾਰ ਕਰਨ ਲਈ ਪਹੁੰਚੇ ਤੇ ਮਹਾਂਪੁਰਖਾਂ ਦੇ ਗੜਵਈ ਭਾਈ ਗੁਰਮੁਖ ਸਿੰਘ ਜੀ, ਇੱਕ ਵਾਰੀ ਬਾਬਾ ਗੁਰਬਚਨ ਸਿੰਘ ਜੀ ਹੋਣਾ ਨੇ ਦੇਖਿਆ ਪੀਏ ਦੇ ਕੋਲ ਜੋੜਾ ਹੈ ਨੀ ਪਾਉਣ ਵਾਸਤੇ, ਤੇ ਉਹਨਾਂ ਨੇ ਆਪਣਾ ਜੋੜਾ ਲਾ ਕੇ ਭਾਈ ਗੁਰਮੁਖ ਸਿੰਘ ਨੂੰ ਦੇ ਦਿੱਤਾ ਤੇ ਭਾਈ ਗੁਰਮੁਖ ਸਿੰਘ ਹੋਣਾ ਨੇ ਮਹਾਂਪੁਰਖਾਂ ਦਾ ਜੋੜਾ ਸਾਂਭ ਕੇ ਤੇ ਆਪਣੇ ਟਰੰਕ ਚ ਰੱਖ ਲਿਆ। ਪੀਏ ਤੇ ਮਹਾਂਪੁਰਖਾਂ ਦਾ ਜੋੜਾ ਮੈਂ ਥੋੜਾ ਪਾ ਸਕਦਾ, ਉਹ ਆਪਣੇ ਟਰੰਕ ਚ ਸਾਂਭ ਕੇ ਰੱਖ ਲਿਆ। ਅਗਲੇ ਦਿਨ ਜਦੋਂ ਮਹਾਂਪੁਰਸ਼ਾਂ ਦੇ ਨਾਲ ਤੁਰਿਆ ਜਾਵੇ ਤੇ ਫਿਰ ਨੰਗੇ ਪੈਰੀ ਸੰਤ ਬਾਬਾ ਗੁਰਬਚਨ ਸਿੰਘ ਜੀ ਪੁੱਛਣ ਲੱਗੇ, ਤੈਨੂੰ ਜੋੜਾ ਦਿੱਤਾ ਸੀ? ਕਹਿਣ ਲੱਗਾ, ਉਹ ਤੇ ਤੁਹਾਡਾ ਸੀ। ਮੈਂ ਮਹਾਂਪੁਰਖ ਕਹਿਣ ਲੱਗੇ, ਤੈਨੂੰ ਪਾਉਣ ਨੂੰ ਦਿੱਤਾ ਸੀ? ਕਹਿਣ ਲੱਗਾ, ਜੀ ਉਹ ਤੇ ਮੈਂ ਟਰੰਕ ਚ ਸਾਂਭ ਕੇ ਰੱਖ ਲਿਆ। ਇੱਕਦਮ ਵੀਰ ਰਸ ਚ ਆ ਗਏ, ਗੁੱਸੇ ਚ ਆ ਗਏ, ਕਹਿਣ ਲੱਗੇ, ਮੈਂ ਜਦੋਂ ਤੋਂ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਮੈਨੂੰ ਦਮਦਮੀ ਟਕਸਾਲ ਦੀ ਸੇਵਾ ਬਖਸ਼ੀ ਜਾਂ ਉਹਨਾਂ ਤੋਂ ਪਹਿਲੋਂ ਮੈਨੂੰ ਗੁਰਮਤ ਦੀ ਸੋਝੀ ਆਈ, ਮੇਰਾ ਜੀਵਨ ਲੱਗ ਗਿਆ ਵੀ ਮੈਂ ਕੱਲੇ ਕੱਲੇ ਨੂੰ ਬਾਣੀ ਨਾਲ ਜੋੜਾਂ, ਆਪ ਵੀ ਜੁੜਾਂ ਤੇ ਜਿਹੜਾ ਵੀ ਸਾਡੇ ਮੇਲ ਵਿੱਚ ਆਉਂਦਾ ਹੈ, ਸੰਗਤ ਵਿੱਚ ਪਹੁੰਚਦਾ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਜੇ। ਮਹਾਂਪੁਰਖ ਕਹਿਣ ਲੱਗੇ, ਮੈਨੂੰ ਬੜਾ ਦੁੱਖ ਹੋਇਆ ਵੀ ਮੇਰੇ ਨਾਲ ਰਹਿਣ ਵਾਲੇ ਅਜੇ ਵੀ ਮੇਰੀਆਂ ਜੁੱਤੀਆਂ ਨਾਲ ਜੁੜੇ, ਔਰ ਭਾਈ ਗੁਰਮੁਖ ਸਿੰਘ ਨੂੰ ਬੁਲਾਉਣਾ ਬੰਦ ਕਰ ਦਿੱਤਾ ਸੰਤ ਬਾਬਾ ਗੁਰਬਚਨ ਸਿੰਘ। ਕਹਿੰਦੇ, ਗੁਰਮੁਖ ਸਿਆ ਸਾਡਾ ਦਿਲ ਨਹੀਂ ਕਰਦਾ ਤੈਨੂੰ ਬੁਲਾਉਣ। ਭਾਈ ਗੁਰਮੁਖ ਸਿੰਘ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਕਹਿਣ ਲੱਗਾ, ਮਹਾਂਪੁਰਸ਼ੋ ਮੇਰੇ ਕੋਲੋਂ ਭੁੱਲ ਹੋ ਗਈ। ਕਹਿੰਦੇ, ਹੁਣੇ ਲਿਆ, ਹੁਣੇ ਜੋੜਾ ਟਰੰਕ ਚੋਂ ਕੱਢ ਕੇ ਲਿਆ ਤੇ ਆਪਣੇ ਪੈਰੀ ਪਾ। ਕਹਿਣ ਲੱਗੇ, ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖੀ ਦੀ ਦਾਤ ਬਖਸ਼ੀ ਤੇ ਮੈਂ ਆਪਣੀਆਂ ਜੁੱਤੀਆਂ ਦੀ ਪੂਜਾ ਕਰਾਉਂਦਾ ਫਿਰਾਂ, ਮੈਂ ਕਿੱਥੇ ਲੇਖਾ ਦਵਾਂ? ਧੰਨ ਬਾਬਾ ਗੁਰਬਚਨ ਸਿੰਘ ਜੀ ਖਾਲਸਾ। ਗੁਰਮੁਖ ਸਿੰਘ ਨੇ ਪੈਰੀ ਜੋੜਾ ਪਾਇਆ, ਮਹਾਂਪੁਰਸ਼ਾਂ ਕੋਲੋਂ ਖਿਮਾ ਮੰਗੀ ਤੇ ਰਾਤ ਦੇ ਦੀਵਾਨ ਵਿੱਚ ਮਹਾਂਪੁਰਸ਼ਾਂ ਨੇ ਸਾਰੀ ਸੰਗਤ ਨੂੰ ਫਿਰ ਬੇਨਤੀ ਕੀਤੀ। ਕਹਿੰਦੇ, ਮੇਰੇ ਜੀਵਨ ਦਾ ਪ੍ਰਯੋਜਨ, ਮੇਰੀ ਜ਼ਿੰਦਗੀ ਦਾ ਮਕਸਦ ਤੇ ਇਹ ਹੈ ਵੀ ਜਿਹੜਾ ਸਾਡੇ ਤੱਕ ਪਹੁੰਚੇ ਅਸੀਂ ਉਹਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰਧਾਰਾ ਸੁਣਾਈਏ ਤੇ ਜਦੋਂ ਉਹ ਸੁਣੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੋ ਕੇ ਰਹਿ ਜੇ। ਫਿਰ ਕਥਾ ਵਿੱਚ ਕਹਿਣ ਲੱਗਿਆ, ਵੇਖੋ ਗੁਰਮੁਖ ਸਿੰਘ ਬੈਠਾ, ਇਹਨੇ ਸਾਧ ਸੰਗਤ ਜੀ ਬੜੀ ਬੱਜਰ ਗਲਤੀ ਕੀਤੀ ਹੈ। ਵੇਖੋ ਜਦੋਂ ਅੰਦਰ ਦਾ ਕੇਵਲ ਤੇ ਕੇਵਲ ਇਹ ਟੀਚਾ ਹੋ, ਇਹ ਉਹੀਓ ਸਾਧੂ ਕਰ ਸਕਦਾ ਹੈ ਜਿਨੇ ਆਪਣੇ ਸਰੀਰ ਨੂੰ ਨਾਸ਼ਵੰਤ ਜਾਣਿਆ, ਦੂਜਾ ਨਹੀਂ ਕਰ ਸਕਦਾ। ਜਿਹੜਾ ਥੋੜਾ ਬਹੁਤਾ ਵੀ ਜੁੜਿਆ ਹੈ ਉਹਦੇ ਮਨ ਚ ਕਿਤੇ ਨਾ ਕਿਤੇ ਹੈ ਵੀ ਇਹ ਸਰੀਰ ਮੇਰਾ ਵਜੂਦ ਹੈ, ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹ ਇਸ ਸਰੀਰ ਨੂੰ ਕੇਵਲ ਸਾਧਨ ਸਮਝਦੇ ਨੇ ਵੀ ਇਹ ਸਾਨੂੰ ਜਪ ਤਪ ਕਰਨ ਲਈ, ਸੇਵਾ ਕਰਨ ਲਈ, ਸਿਮਰਨ ਕਰਨ ਲਈ ਇਹ ਸਾਨੂੰ ਇੱਕ ਸਾਧਨ ਮਿਲਿਆ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਤਬ ਦਾ ਮਤਲਬ ਅਰਥ ਤਾਂ ਵੀ ਤਾਂ ਸਾਨੂੰ ਇਹ ਸਰੀਰ ਪ੍ਰਾਪਤ ਹੋਇਆ।
ਮੈਂ ਬੇਨਤੀ ਕਰਾਂ ਧੰਨ ਬਾਬਾ ਠਾਕੁਰ ਸਿੰਘ ਜੀ ਖਾਲਸਾ ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਵਿੱਚ ਸਾਡੇ ਬਹੁਤ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਖੇਲਾ ਜੋ ਇੰਗਲੈਂਡ ਤੋਂ ਪਹੁੰਚੇ ਨੇ ਇੰਗਲੈਂਡ ਦੇ ਵਿੱਚ ਮਹਾਂਪੁਰਸ਼ਾਂ ਨੇ ਜਾਣਾ ਤੇ ਇਸ ਪਰਿਵਾਰ ਦੇ ਘਰੇ ਚਾਹੇ ਉਹਨਾਂ ਨੇ 2 ਮਹੀਨੇ 3 ਮਹੀਨੇ ਰਹਿਣਾ ਸਾਰੀ ਸਰਪ੍ਰਸਤੀ ਇਹਨਾਂ ਦੀ ਸਾਰੇ ਪ੍ਰੋਗਰਾਮ ਇਹਨਾਂ ਦੀ ਦੇਖ ਰੇਖ ਚ ਬਣਨੇ ਮੈਂ ਬੇਨਤੀ ਕਰਾਂ ਇੱਕ ਵਾਰ ਉੱਥੇ ਕੋਈ ਪ੍ਰੇਮੀ ਆਇਆ ਉਹਨੇ ਆ ਕੇ ਬੇਨਤੀ ਕੀਤੀ ਕਹਿਣ ਲੱਗਾ ਮਹਾਂਪੁਰਸ਼ੋ ਇੱਕ ਉਹਨਾਂ ਦੇ ਨਾਲ ਮਾਤਾ ਸਨ ਕਹਿਣ ਲੱਗੇ ਜੀ ਅਸੀਂ ਠੀਕ ਨਹੀਂ ਰਹਿੰਦੇ ਘਰ ਵਿੱਚ ਨਾ ਕੋਈ ਢਿੱਲਾ ਮੱਠਾ ਰਹਿੰਦਾ ਹੈ ਰੋਗ ਕੋਈ ਨਾ ਕੋਈ ਹੋਇਆ ਰਹਿੰਦਾ ਹੈ ਤੇ ਮਹਾਂਪੁਰਸ਼ੋ ਸਾਡੇ ਤੇ ਕਿਰਪਾ ਕਰੋ ਸਾਡੇ ਘਰੋਂ ਇਹ ਦੁੱਖ ਦਰਿਦਰ ਜਿਹੜੇ ਨਿਕਲਣ ਆ ਜਿਹੜਾ ਜੀ ਇਹ ਢਿੱਲਾ ਬੜਾ ਸਰੀਰ ਕਰਕੇ ਰਹਿੰਦਾ ਇਹਦੇ ਸਿਰ ਤੇ ਹੱਥ ਰੱਖੋ ਮਹਾਂਪੁਰਸ਼ੋ ਇਹ ਠੀਕ ਹੋ ਜੇ ਤੇ ਉਸੇ ਵੇਲੇ ਆਪਣੇ ਨਾਲ ਦੇ ਸਿੰਘ ਨੂੰ ਕਹਿਣ ਲੱਗੇ ਵੀ ਮੇਰਾ ਦਵਾਈਆਂ ਵਾਲਾ ਬੈਗ ਲੈ ਗਿਆ ਉਹਨਾਂ ਦੇ ਬੈਗ ਵਿੱਚ ਦਵਾਈਆਂ ਹੁੰਦੀਆਂ ਸਨ ਕਿਉਂਕਿ ਬਜ਼ੁਰਗ ਸਰੀਰ ਸੀ ਕੋਈ ਨਾ ਕੋਈ ਮੈਡੀਸਨ ਤੇ ਚੱਲਦੀ ਹੈ ਬਜ਼ੁਰਗ ਅਵਸਥਾ ਦੇ ਵਿੱਚ ਉਹ ਸਿੰਘ ਉਸੇ ਵੇਲੇ ਲੈ ਕੇ ਆਇਆ ਤੇ ਉਹ ਜਿਹੜੇ ਪ੍ਰੇਮੀ ਆ ਕੇ ਬੇਨਤੀ ਕਰਦੇ ਸਨ ਉਹ ਬੈਗ ਖੋਲ ਕੇ ਤੇ ਉਹਨਾਂ ਦੇ ਗਾੜੀ ਕਰਤਾ ਕਹਿਣ ਲੱਗੇ ਮੈਂ ਤੇ ਆਪ ਇੰਨੀਆਂ ਦਵਾਈਆਂ ਖਾਂਦਾ ਮੇਰੇ ਨਾਲੋਂ ਤੇ ਤੁਸੀਂ ਘੱਟ ਹੀ ਖਾਂਦੇ ਹੋਣੇ ਕਹਿੰਦੇ ਮੈਂ ਤੇ ਆਪ ਦਵਾਈਆਂ ਮੇਰੀਆਂ ਦਵਾਈਆਂ ਵੇਖੋ ਵੀ ਤੁਸੀਂ ਮੇਰੇ ਕੋਲ ਆਏ ਜੇ ਨਾ ਵੀ ਬਾਬਾ ਜੀ ਇਹਦੇ ਸਿਰ ਤੇ ਹੱਥ ਰੱਖੋ ਇਹ ਢਿੱਲਾ ਬੜਾ ਰਹਿੰਦਾ ਹੈ ਇਹਨੂੰ ਤੰਦਰੁਸਤੀ ਦੇ ਦਿਓ ਇਹਨੂੰ ਮੁੜ ਕੇ ਕਦੀ ਕੋਈ ਢਿੱਲ ਮੱਠ ਨਾ ਹੋਵੇ ਕਹਿਣ ਲੱਗੇ ਮੈਂ ਤੇ ਆਪ ਦਵਾਈਆਂ ਖਾਨਾ ਵੇਖੋ ਮੇਰਾ ਬੈਗ ਭਰਿਆ ਦਵਾਈਆਂ ਨਾਲ ਮੈਂ ਕਿਦਾਂ ਠੀਕ ਕਰਾਂਗਾ ਉਹ ਵਿਚਾਰੇ ਚੁੱਪ ਕਰ ਗਏ ਉਹਨਾਂ ਨੇ ਫੇਰ ਥੋੜਾ ਜਿਹਾ ਹੁੰਦਾ ਹੈ ਮਨ ਦੇ ਵਿੱਚ ਜਦੋਂ ਕਹਿਣ ਲੱਗੇ ਨਹੀਂ ਜੇ ਦੁੱਖਾਂ ਤੋਂ ਬਚਣਾ ਹੈ ਰੋਗਾਂ ਤੋਂ ਬਚਣਾ ਹੈ ਤੇ ਬੜੇ ਪਿਆਰ ਨਾਲ ਬਚਨ ਪੜਿਆ ਕਹਿਣ ਲੱਗੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਇਹ ਬਚਨ ਇਹ ਬਾਣੀ ਦਾ ਬਚਨ ਪੜ੍ਹ ਕੇ ਸੁਣਾਇਆ ਉਹਨਾਂ ਨੂੰ ਉਸ ਵੇਲੇ ਕਹਿੰਦੇ ਜੇ ਦੁੱਖਾਂ ਤੋਂ ਬਚਣਾ ਹੈ ਨਾ ਜੇ ਰੋਗਾਂ ਤੋਂ ਬਚਣਾ ਜੇ ਤੇ ਸਤਿਗੁਰੂ ਜੀ ਦੀ ਬਾਣੀ ਨਾਲ ਜੁੜ ਜਾਓ ਬਸ ਉੱਥੇ ਹੀ ਛੁਟਕਾਰਾ ਹੈ ਹੋਰ ਕਿਤੇ ਛੁਟਕਾਰਾ ਨਹੀਂ ਹੋ ਸਕਦਾ ਐਸੇ ਮਹਾਂਪੁਰਸ਼ ਜਿਨ੍ਹਾਂ ਕੇਵਲ ਤੇ ਕੇਵਲ ਸਭ ਨੂੰ ਬਾਣੀ ਦੇ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਹੀ ਜੋੜਿਆ ਤਾਂ ਹੁਣੇ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਬੜਾ ਬਚਪਨ ਦੇ ਵਿੱਚ ਆਨੰਦ ਮਾਣਿਆ ਮਹਾਂਪੁਰਸ਼ਾਂ ਦੀ ਸੰਗਤ ਦਾ ਅਸੀਂ ਬੜਾ ਲੰਮਾ ਸਮਾਂ ਇਕੱਠਿਆਂ ਕੀਰਤਨ ਕੀਤਾ ਤੇ ਉਹ ਬੇਨਤੀਆਂ ਕਰ ਰਹੇ ਸਨ ਵੀ ਉਹਨਾਂ ਨੇ ਇੰਨੇ ਪਰਉਪਕਾਰ ਕੀਤੇ ਨੇ ਵੀ ਅਸੀਂ ਦੱਸ ਨਹੀਂ ਸਕਦੇ ਮੈਂ ਬੇਨਤੀ ਕਰਾਂ ਜਿਸ ਸਾਧੂ ਨੇ ਪੂਰਨ ਤੌਰ ਤੇ ਕਿਸੇ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜ ਦਿੱਤਾ ਵਾਕਿਆ ਹੀ ਉਹਦਾ ਦੇਣ ਨਹੀਂ ਦਿੱਤਾ ਜਾ ਸਕਦਾ ਕਿਸ 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 ਉਹ ਤੇ ਜਨਮ ਦੀ ਸਰੀਰ ਦੀ ਗੱਲ ਕਰ ਰਹੇ ਸੀ ਮੈਂ ਬੇਨਤੀ ਕਰਾਂ ਹੋਰ ਉਹਨਾਂ ਦੇ ਪਰਉਪਕਾਰ ਨੂੰ ਯਾਦ ਕਰੀਏ ਜਿਹਨੂੰ ਕੋਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜ ਦਿੰਦਾ ਹੈ ਇਹ ਜ਼ਿੰਦਗੀ ਤੇ ਕੀ ਆਉਣ ਵਾਲੇ ਕਿਸੇ ਜਨਮ 'ਚ ਵੀ ਉਹਦਾ ਦੇਣ ਨਹੀਂ ਦਿੰਦਾ ਜਾ ਸਕਦਾ ਜਿਹੜਾ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਦਾ ਔਰ ਐਸੇ ਮਹਾਂਪੁਰਸ਼ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੈ ਜਿਨ੍ਹਾਂ ਨੇ ਤੁਹਾਡੇ ਚੋਂ ਸੰਗਤ ਕੀਤੀ ਉਹਨਾਂ ਦੀ ਬਾਬਾ ਗੁਰਦੀਪ ਸਿੰਘ ਜੀ ਬੈਠੇ ਨੇ ਇਹਨਾਂ ਨੇ ਸਤਿਪੁਰਸ਼ਾਂ ਦੀ ਸੰਗਤ 80 ਤੋਂ ਵੀ ਪਹਿਲਾਂ ਉਹਨਾਂ ਸਮਿਆਂ ਦੇ ਵਿੱਚ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਔਰ ਜਿਨ੍ਹਾਂ ਦੀ ਜ਼ਿੰਦਗੀ ਦਾ ਦਿਨ ਤੋਂ ਰਾਤ ਤੱਕ ਰਾਤ ਤੋਂ ਸਵੇਰ ਤੱਕ ਕੋਈ ਵੀ ਐਸਾ ਸਮਾਂ ਨਹੀਂ ਸੀ
ਆਪਾਂ ਰਲਾ ਮਿਲਾ ਕੇ 10 ਮਿੰਟ ਵੀ ਨਹੀਂ ਸੀ ਬਣਾ ਸਕਦੇ ਵੀ ਜਿਸ ਸਮੇਂ ਉਹਨਾਂ ਨੇ ਸਤਿਗੁਰੂ ਜੀ ਦੀ ਬਾਣੀ ਦਾ ਜਪਣਾ ਸਰਵਣ ਕੀਤਾ। ਇੱਥੋਂ ਤੱਕ ਇਸ਼ਨਾਨ ਕਰ ਰਹੇ ਨੇ ਤਾਂ ਵੀ ਸਿੰਘ ਲਾਗੇ ਬਾਣੀ ਪੜ ਰਹੇ, ਤਾਂ ਵੀ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜੇ ਹੋਏ ਮਹਾਂਪੁਰਸ਼। ਔਰ ਇਤਨਾ ਉਹਨਾਂ ਨੇ ਪਿੰਡ ਪਿੰਡ ਵਿੱਚ ਜਾ ਕੇ, ਵਿਦੇਸ਼ਾਂ ਵਿੱਚ ਜਾ ਕੇ ਕੱਲੇ ਕੱਲੇ ਨੂੰ ਇਹ ਗੱਲ ਕਹਿਣੀ, ਘਰ ਘਰ ਵਿੱਚ ਜਾ ਕੇ ਉਹਨਾਂ ਨੇ, ਮੈਂ ਬੇਨਤੀ ਕਰਾਂ ਐਸੇ ਮਹਾਂਪੁਰਸ਼ ਜਿਨ੍ਹਾਂ ਨੇ ਘਰ ਘਰ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਘਰ ਘਰ ਵਿੱਚ ਜਾ ਕੇ ਕਿਸੇ ਦੇ ਘਰੇ ਜਲ ਪਾਣੀ ਛਕਣ ਵਾਸਤੇ ਗਏ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਆਵਾਜ਼ ਦਿੱਤੀ, ਪੁੱਛਿਆ, ਪਹਿਲਾਂ ਦੇਖਿਆ ਵੀ ਇਹਨਾਂ ਨੇ ਕੇਸ ਰੱਖੇ ਨੇ ਕਿ ਨਹੀਂ ਰੱਖੇ, ਜੇ ਵਿੱਚੋਂ ਕੋਈ ਕਲੀਨ ਸ਼ੇਵ ਹੈ, ਕੇਸ ਕੱਟੇ ਨੇ, ਉਹਨਾਂ ਨੇ ਕਹਿਣਾ ਜਲ ਪਾਣੀ ਬਾਅਦ ਵਿੱਚ ਛਕਾਂਗੇ, ਪਹਿਲਾਂ ਪ੍ਰਣ ਕਰੋ, ਜਕਾਰਾ ਛੱਡੋ, ਅੱਜ ਤੋਂ ਬਾਅਦ ਕਦੀ ਕੇਸ ਨਹੀਂ ਕੱਟਣਗੇ। ਇਦਾਂ ਦਾ ਜੀਵਨ, ਜਲ ਪਾਣੀ ਵੀ ਜੇ ਕਿਸੇ ਦੇ ਘਰੇ ਗਏ ਛਕਣ ਵਾਸਤੇ ਉਹਨੂੰ ਵੀ ਇੰਨੇ ਸਮੇਂ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਨਾਲ ਜੋੜਨ ਤੋਂ ਬਿਨਾਂ ਬਾਹਰ ਨਹੀਂ ਆਏ। ਤੇ ਜੇ ਦੇਖਿਆ ਵੀ ਹੈ ਤੇ ਸਾਰੇ ਕੇਸਾਂ ਸਾਬਤ ਸੂਰਤ ਨੇ ਪਰ ਇਹਨਾਂ ਨੇ ਅੰਮ੍ਰਿਤ ਨਹੀਂ ਛਕਿਆ, ਮੈਂ ਬੇਨਤੀ ਕਰਾਂ ਉਹਨਾਂ ਨੂੰ ਫਿਰ ਇਹ ਬੇਨਤੀਆਂ ਕਰਨੀਆਂ ਵੀ ਅੰਮ੍ਰਿਤ ਛਕੋ। ਤੇ ਵਾਕਿਆ ਹੀ ਉਹਨਾਂ ਦੀ ਰਸਨਾ ਦੇ ਵਿੱਚ ਇਹ ਬਲ ਸੀ, ਪ੍ਰਭ ਜੀ ਬਸੇ ਸਾਧਕੀ ਰਸਨਾ, ਜਿਹਨੂੰ ਇੱਕ ਵਾਰੀ ਕਹਿ ਦਿੱਤਾ ਨਾ ਸੀ ਨਾ ਨਹੀਂ ਸੀ ਕੋਈ ਕਰ ਸਕਦਾ। ਪਹਿਲੀ ਵਾਰ ਮਹਾਂਪੁਰਸ਼ ਗਏ ਵਿਦੇਸ਼, ਜਿਹੜੇ ਉਸ ਵੇਲੇ ਕਲੀਨ ਸ਼ੇਵ ਉਹਨਾਂ ਨੂੰ ਮਿਲੇ। ਮੈਂ ਬੇਨਤੀ ਕਰਾਂ ਸਟੇਜ ਤੇ ਕਦੀ ਕਥਾ ਨਹੀਂ ਕੀਤੀ ਆਪਣੀ, ਕਦੀ ਕੀਰਤਨ ਦੀ ਹਾਜ਼ਰੀ ਨਹੀਂ ਭਰੀ। ਇਹ ਦਾਤ ਦੇ ਨਾਲ ਪਤਾ ਨਹੀਂ ਸਾਡੇ ਵਰਗਿਆਂ ਨੂੰ ਕਿੰਨਿਆਂ ਨੂੰ ਨਿਵਾਜਿਆ, ਪਰ ਆਪ ਨਹੀਂ ਸਟੇਜ ਤੇ ਬੋਲੇ। ਮੈਂ ਬੇਨਤੀ ਕਰਾਂ ਕਿਸੇ ਦੇ ਘਰੇ ਗਏ ਜਾਂ ਕੋਈ ਫਤਿਹ ਬੁਲਾਉਣ ਆਇਆ ਉਸ ਵੇਲੇ ਵੀ ਜੇ ਕਿਸੇ ਨੂੰ ਕਹਿ ਦਿੱਤਾ ਨਾ ਅੰਮ੍ਰਿਤ ਛਕ ਲਾ, ਕੋਈ ਜਵਾਬ ਨਹੀਂ ਸੀ ਦੇ ਸਕਦਾ, ਉੱਥੇ ਸਤ ਬਚਨ ਕਹਿ ਦਿੰਦਾ। ਤਾਂ ਅਸੀਂ ਉਹਨਾਂ ਦੀ ਅੱਜ ਯਾਦ ਮਨਾ ਰਹੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਜੀਵਨ ਕੇਵਲ ਤੇ ਕੇਵਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਿਆ। ਸਿੰਘ ਸਾਹਿਬਾਨ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਉਹਨਾਂ ਦੇ ਦਰਸ਼ਨ ਕਰਕੇ ਮੈਨੂੰ ਚੇਤਾ ਆ ਗਿਆ। ਬਾਬਾ ਠਾਕੁਰ ਸਿੰਘ ਜੀ ਜਦੋਂ ਕਿਤੇ ਦਿੱਲੀ ਵੱਲ ਨੂੰ ਜਾਂ ਅੱਗੇ ਕਿਤੇ ਜਾਂਦੇ, ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਕਿਤੇ ਉਦਾਂ ਨਹੀਂ ਸੀ, ਰੋਡ ਤੇ ਨਹੀਂ ਸੀ ਕਦੀ ਲੰਘ ਕੇ ਜਾਂਦੇ। ਜਦੋਂ ਵੀ ਜਾਣਾ ਜਾਂ ਭਾਵੇਂ ਕਿਸੇ ਸਮਾਗਮ ਚ ਜਾਣਾ ਹੋਵੇ, ਭਾਵੇਂ ਫਲਾਈਟ ਫੜਨੀ ਹੋਵੇ ਏਅਰਪੋਰਟ ਤੇ ਜਾ ਕੇ, ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਪਹਿਲੋਂ ਨਮਸਕਾਰ ਕਰਨਾ। ਇਹ ਉਹਨਾਂ ਦੇ ਜੀਵਨ ਦਾ ਨਿਯਮ ਸੀ, ਕਦੀ ਉਦਾਂ ਨਹੀਂ ਸੀ। ਜਦੋਂ ਵੀ ਜਾਣਾ ਸਾਹਿਬਜ਼ਾਦਿਆਂ ਦੇ ਚਰਨਾਂ 'ਚ ਜਾ ਕੇ ਫਤਿਹਗੜ੍ਹ ਸਾਹਿਬ ਬੜਾ ਬੜਾ ਚਿਰ ਉੱਥੇ ਬੈਠੇ ਰਹਿਣਾ ਜਾ ਕੇ। ਕਈ ਵਾਰੀ ਉਹਨਾਂ ਦੇ ਨੇਤਰਾਂ ਦੇ ਵਿੱਚੋਂ ਵੈਰਾਗ ਦੇ ਹੰਝੂ ਆ ਜਾਂਦੇ, ਇੰਨਾ ਪਿਆਰ ਸੀ ਅੰਦਰੋਂ, ਇੰਨਾ ਸਤਿਗੁਰੂ ਜੀ ਦੀ ਸਿੱਖੀ ਦੇ ਨਾਲ ਉਹ ਜੁੜੇ ਹੋਏ ਸਨ। ਸਮਾਂ ਹੋ ਗਿਆ, ਮੈਂ ਬੇਨਤੀ ਕਰਾਂ ਸਿੰਘ ਸਾਹਿਬਾਨ ਗਿਆਨੀ ਹਰਪਾਲ ਸਿੰਘ ਜੀਆਂ ਦਾ, ਆਓ ਕੱਲ੍ਹ ਦੇ ਦੀਵਾਨਾਂ ਵਿੱਚ ਫਿਰ ਆਪਾਂ ਕੁਝ ਬੇਨਤੀਆਂ ਕਰਾਂਗੇ। 5 ਮਿੰਟ ਕੇਵਲ ਆਪਾਂ ਹਾਜ਼ਰੀ ਭਰਨੀ ਹੈ, ਉਸ ਤੋਂ ਬਾਅਦ ਸਿੰਘ ਸਾਹਿਬਾਨ ਜੀ ਦਾ ਸਮਾਂ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਜੀ ਨਿੱਕੇ ਘੁੰਮਣਾ ਵਾਲੇ, ਸਤਿਕਾਰਯੋਗ ਬਾਬਾ ਤਰਨਜੀਤ ਸਿੰਘ ਜੀ ਜੋ ਦਿਨੇ ਰਾਤ ਸਿੱਖੀ ਦੇ ਪ੍ਰਚਾਰ ਨਾਲ ਪਿੰਡ ਪਿੰਡ ਦੇ ਵਿੱਚ ਨਗਰ ਨਗਰ ਹਰੇਕ ਥਾਂ ਤੇ ਨਿਸ਼ਕਾਮ ਕੀਰਤਨ ਦੀਆਂ ਲਹਿਰਾਂ ਚਲਾ ਰਹੇ ਨੇ,
ਇੰਨਾ ਉਹਨਾਂ ਦੇ ਮਨ ਵਿੱਚ ਸਤਿਗੁਰੂ ਜੀ ਦੀ ਬਾਣੀ ਘਰ ਘਰ ਵਿੱਚ ਪਹੁੰਚੇ, ਇੰਨਾ ਉਤਸ਼ਾਹ। ਇਹ ਮੈਨੂੰ ਇੱਕ ਦਿਨ ਕਹਿ ਰਹੇ ਸੀ ਵੀ ਆਪਾਂ ਦੀਵਾਨ ਤੇ ਲਾਉਂਦੇ ਹੀ ਹਾਂ, ਆਪਾਂ ਨਾ ਉਂਝ ਵੀ ਘਰਾਂ ਵਿੱਚ ਜਾਇਆ ਕਰੀਏ, ਜਿਹੜੇ ਘਰ ਜਿਨ੍ਹਾਂ ਘਰਾਂ 'ਚ ਨਸ਼ਾ ਬਹੁਤ ਹੈ, ਜਿਹੜੇ ਘਰ ਹੋਰ ਨਾ ਬੰਨਿਆਂ ਕਬਰਾਂ ਮੜੀਆਂ ਮੱਟਾਂ ਵੱਲ ਜਿਹੜੇ ਤੁਰੇ ਜਾਂਦੇ ਨੇ, ਆਪਾਂ ਇੱਦਾਂ ਦਾ ਪ੍ਰੋਗਰਾਮ ਬਣਾਈਆਂ। ਜੇ ਦੋ ਤਿੰਨ ਦਿਨ ਹੀ ਹੋਏ ਨੇ ਗੱਡੀ 'ਚ ਬੈਠੇ ਸੀ, ਕਹਿ ਰਹੇ ਆਪਾਂ ਘਰੋ ਘਰੀ ਵੀ ਜਾਏ, ਇੰਨਾ ਉਤਸ਼ਾਹ। ਮੈਂ ਬੇਨਤੀ ਕਰਾਂ, ਉਹ ਵੀ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰ ਰਹੇ ਨੇ, ਕੱਲ੍ਹ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਵੀ ਕੀਰਤਨ ਦੁਆਰਾ ਭਰਨੀਆਂ ਨੇ। ਆਓ, ਮੈਂ ਜ਼ਿਆਦਾ ਸਮਾਂ ਨਾ ਲਾਵਾਂ, ਸਿੰਘ ਸਾਹਿਬਾਨ ਹੋਣਾ ਪਾਸੋਂ ਆਪਾਂ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਮਹਾਨ ਇਤਿਹਾਸ ਸਰਵਣ ਕਰਨਾ ਹੈ। ਬੜੇ ਪਿਆਰ ਨਾਲ ਜੁੜੋ ਜੀ। ਰਚ ਰਚ ਕਰੋ ਸ਼ਿੰਗਾਰ, ਮੈਂ ਬਹੁਰੀ ਮੇਰਾ ਨਾਮ ਪਤਾ, ਮੇਰਾ ਨਾਮ ਅਗਲਾ ਪ੍ਰੋਗਰਾਮ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਹੈ, ਜਿਨ੍ਹਾਂ ਦਾ ਪੰਥ ਦੇ ਵਿੱਚ ਬਹੁਤ ਸਤਿਕਾਰ ਹੈ, ਮਾਣ ਹੈ, ਵਰਲਡ ਫੇਮਸ ਵਿਦਵਾਨ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਯੋਗਾ ਸਿੰਘ ਜੀ ਭਾਗੋਵਾਲ, ਜਿਹੜੇ ਵਰਲਡ ਦੇ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ, ਔਰ ਉਹਨਾਂ ਨੇ ਬੇਨਤੀ ਨੂੰ ਸਾਡੀ ਨੂੰ ਸਰਵਣ ਕਰਕੇ ਸਟੇਜ ਸੰਚਾਲਨ ਦੀ ਸੇਵਾ ਜੋ ਸਤਿਗੁਰੂ ਜੀ ਦੇ ਪਾਸੋਂ ਦਰੋਂ ਘਰੋਂ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਇੱਕ ਵਿਸ਼ੇਸ਼ ਕਲਾ ਬਖਸ਼ ਕੀਤੀ ਹੈ ਸਟੇਜ ਦੇ ਸੰਚਾਲਨ ਕਰਨ ਦੀ। ਇਹ ਮਾਲਕ ਦੀਆਂ ਦਾਤਾਂ ਨੇ, ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸੇ। ਆਓ ਉਹਨਾਂ ਦੇ ਪਾਸੋਂ ਅਗਲਾ ਸਾਰਾ ਪ੍ਰੋਗਰਾਮ ਸਰਵਣ ਕਰੀਏ। ਬੜੇ ਪਿਆਰ ਨਾਲ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਅੱਜ ਦੇ ਮਹਾਨ ਗੁਰਮਤਿ ਸਮਾਗਮ ਦੌਰਾਨ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਖਾਲਸਾ ਜੀ, ਕਿਤਨਾ ਸੁਹਾਵਣਾ ਸਭਾ ਬਣਿਆ ਹੋਇਆ। ਸੁਰਤਾਂ ਗੁਰ ਚਰਨਾਂ ਵਿੱਚ ਜੋੜ ਕੇ ਤੁਸੀਂ ਅੰਮ੍ਰਿਤ ਰੂਪੀ ਗੁਰਬਾਣੀ ਦੀ ਵਰਖਾ ਦਾ ਆਨੰਦ ਮਾਣ ਰਹੇ ਹੋ।
ਬਣਿਆ ਬਣਾਇਆ ਪ੍ਰੋਗਰਾਮਾਂ ਤੇ ਹਾਜ਼ਰੀਆਂ ਭਰਨੀਆਂ ਹੋਰ ਗੱਲ ਹੁੰਦੀ ਹੈ, ਪਰ ਮਿਹਨਤ ਕਰਕੇ ਪਿੰਡਾਂ ਵਿੱਚ ਜਾ ਕੇ ਏਡੇ ਵੱਡੇ ਮਹਾਨ ਗੁਰਮਤਿ ਸਮਾਗਮ ਕਰਵਾ ਕੇ ਉਹਨਾਂ ਵਿੱਚ ਆਪਣੀ ਗੱਲ ਕਹਿਣੀ, ਇਹ ਹਿਰਦੇ ਦੀ ਤਲਬ ਦਾ ਇੱਕ ਪ੍ਰਗਟ ਰੂਪ ਹੈ। ਬਹੁਤ ਹੀ ਸਤਿਕਾਰਯੋਗ ਬਾਬਾ ਲਹਿਣਾ ਸਿੰਘ ਜੀ ਨੇ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਜੀਵਨ ਦੇ ਉਹ ਬਚਨ, ਜਿਨ੍ਹਾਂ ਬਾਰੇ ਅਸੀਂ ਘੱਟ ਜਾਣੂ, ਉਹ ਗੁਰੂ ਕੀ ਸੰਗਤ ਨਾਲ ਸਾਂਝੇ ਕੀਤੇ ਨੇ। ਮੈਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ, ਸਤਿਕਾਰਯੋਗ ਬਾਬਾ ਠਾਕੁਰ ਸਿੰਘ ਜੀ ਨੇ ਉਸ ਵਕਤ ਪੰਥ ਦੀ ਰਹਿਨਮਾਈ ਕੀਤੀ ਜਿਸ ਵਕਤ ਪੰਥ ਵਿਖੜੇ ਪੈਂਡੇ ਚੋਂ ਲੰਘ ਰਿਹਾ ਸੀ। ਬੜੀ ਔਖੀ ਘਾਟੀ ਵਿੱਚੋਂ ਇਹ ਸਿੱਖੀ ਗੁਜ਼ਰ ਰਹੀ ਸੀ। ਦਮਦਮੀ ਟਕਸਾਲ ਦੇ ਵਜੂਦ ਨੂੰ ਬਚਾ ਕੇ ਰੱਖਣਾ ਇਹ ਉਹਨਾਂ ਦੇ ਹਿੱਸੇ ਹੈ, ਨਹੀਂ ਤੇ ਏਜੰਸੀਆਂ ਇਸ ਸਿੱਟੇ ਤੇ ਸਨ ਕਿ ਇਸ ਜਥੇਬੰਦੀ ਨੂੰ ਖਤਮ ਕਰ ਦਿਓ, ਕਦੇ ਬਗਾਵਤ ਨਹੀਂ ਹੋਏਗੀ। ਸੰਤ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਮਹਾਂਪੁਰਖ, ਉਹਨਾਂ ਦਾ ਸਟੇਜ ਵੱਲੋਂ ਸਤਿਕਾਰ ਕੀਤਾ ਗਿਆ ਹੈ। ਗੁਰਦੇਵ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਇਸੇ ਤਰ੍ਹਾਂ ਉਹ ਸਿੱਖੀ ਦੀ ਸੇਵਾ ਕਰਦੇ ਰਹਿਣ। ਉਹਨਾਂ ਨੇ ਮਹਾਂਪੁਰਖਾਂ ਦੀ ਬੇਨਤੀ ਨੂੰ ਸਵੀਕਾਰ ਕਰਕੇ ਸਮੇਂ ਚੋਂ ਸਮਾਂ ਕੱਢ ਕੇ ਗੁਰੂ ਕੀ ਸੰਗਤ ਦੇ ਦਰਸ਼ਨ ਦਰ ਕੀਤੇ ਨੇ, ਧੰਨਵਾਦ ਹੈ। ਬਾਬਾ ਅਮਰੀਕ ਸਿੰਘ ਜੀ, ਬਾਬਾ ਤਰਨਜੀਤ ਸਿੰਘ ਜੀ, ਕਿਤਨੀਆਂ ਸਤਿਕਾਰਤ ਹਸਤੀਆਂ, ਗੁਰੂ ਕੀ ਸਤਸੰਗਤ, ਇਲਾਕਾ ਸਾਰੇ ਜੁੜ ਬੈਠੇ ਹੋ, ਕਿੰਨਾ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕੀਤਾ ਜਾਏ। ਸਾਡੇ ਕੋਲ ਪੰਥ ਦੀ ਮਾਇਆ ਨਾਜ ਹਸਤੀ, ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਖੇਲਾ ਇੰਗਲੈਂਡ ਵਾਲੇ, ਜਿਨ੍ਹਾਂ ਦੇ ਬਾਰੇ ਬਾਬਾ ਲਹਿਣਾ ਸਿੰਘ ਜੀ ਨੇ ਬੜੇ ਵਿਸਤਾਰਪੂਰਵਕ ਢੰਗ ਨਾਲ ਦੱਸਿਆ, ਉਹ ਵੀ ਸਾਡੇ ਕੋਲ ਪਹੁੰਚੇ ਨੇ, ਉਹਨਾਂ ਦਾ ਵੀ ਪੰਥ ਵੱਲੋਂ ਮਾਣ ਸਤਿਕਾਰ ਕੀਤਾ ਜਾਏਗਾ। ਗੁਰਦੇਵ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਇਸੇ ਤਰ੍ਹਾਂ ਉਹ ਪੰਥ ਦੀ ਸੇਵਾ ਕਰਦੇ ਰਹੇ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿਹੜੇ ਸੇਵਾ ਨਿਭਾ ਰਹੇ ਨੇ, ਅਤੇ ਹੁਣ ਉਹਨਾਂ ਦੀ ਜਾਣ ਪਛਾਣ ਪੂਰੇ ਵਰਲਡ ਵਿੱਚ ਹੈ। ਬੜੇ ਸੁੰਦਰ ਸ਼ਬਦਾਂ ਦਾ ਉਹਨਾਂ ਕੋਲ ਖਜ਼ਾਨਾ ਹੈ, ਅੰਦਰ ਤੜਫ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪੈਗਾਮ ਸੰਸਾਰ ਦੇ ਹਰ ਕੋਨੇ ਤੱਕ ਪਹੁੰਚਣਾ ਚਾਹੀਦਾ। ਸਤਿਕਾਰਯੋਗ ਖਾਲਸਾ ਜੀ, ਤੁਸੀਂ ਸਭ ਪੜ੍ਹੇ ਲਿਖੇ ਲੋਕ ਬੈਠੇ ਹੋ, ਕਿਸੇ ਵੀ ਧਰਮ ਦਾ ਫਲਸਫਾ ਕਿਤਨਾ ਵੀ ਗਿਆਨਵਾਨ ਕਿਉਂ ਨਾ ਹੋਵੇ, ਜੇ ਉਹਦਾ ਪ੍ਰਚਾਰ ਤੇ ਪ੍ਰਸਾਰ ਨਾ ਕੀਤਾ ਜਾਏ ਬੇਅਰਥ ਹੋ ਕੇ ਰਹਿ ਜਾਂਦਾ। ਪ੍ਰਚਾਰ ਦੀ ਇਸ ਤਲਬ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜ਼ਿੰਦਗੀ ਦੇ 24 ਸਾਲ ਘਰੋਂ ਬਾਹਰ ਰੱਖਿਆ, ਔਰ ਰੇਗਿਸਤਾਨਾਂ ਤੋਂ ਲੈ ਕੇ ਪਹਾੜਾਂ ਦੀਆਂ ਚੋਟੀਆਂ ਤੱਕ, ਮੱਕੇ ਮਦੀਨੇ ਤੇ ਬਗਦਾਦ, ਦੁਨੀਆਂ ਦਾ ਕੋਈ ਐਸਾ ਹਿੱਸਾ ਨਹੀਂ ਸੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਰਮੇਸ਼ਰ ਦਾ ਸੁਨੇਹਾ ਲੈ ਕੇ ਨਹੀਂ ਗਏ। ਸਰ ਇਕਬਾਲ ਨੇ ਯਕੀਨ ਨਾਲ ਕਿਹਾ ਕਿ ਜਿਸ ਆਵਾਜ਼ ਨੇ ਵਿਸ਼ਵ ਦੀ ਸੁੱਤੀ ਆਤਮਾ ਨੂੰ ਜਗਾਇਆ ਉਹ ਪੰਜਾਬ ਦੀ ਧਰਤੀ ਤੋਂ ਉੱਠੀ, ਫਿਰ ਉੱਠੀ ਆਖਰ ਸਦਾ ਤੌਹੀਦ ਕੀ, ਪੰਜਾਬ ਸੇ ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਅੱਜ ਤੇ ਸਾਡੇ ਕੋਲ ਵਸੀਲੇ ਨੇ, ਸਾਧਨ ਨੇ, ਵੇਖੋ ਕਿੰਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਫਿਰ ਵੀ ਅਸੀਂ ਪ੍ਰਚਾਰ ਵਿੱਚ ਪਛੜਦੇ ਜਾ ਰਹੇ ਹਾਂ। ਮਹਾਂਪੁਰਖਾਂ ਦਾ ਇਹ ਬੜਾ ਵੱਡਾ ਉਪਰਾਲਾ ਹੈ, ਇਸ ਤਰ੍ਹਾਂ ਦੇ ਸਮਾਗਮ ਵੱਧ ਤੋਂ ਵੱਧ ਹੋਣੇ ਚਾਹੀਦੇ ਨੇ। ਆਓ ਸਰਵਣ ਕਰੀਏ ਗਿਆਨੀ ਹਰਪਾਲ ਸਿੰਘ ਜੀ ਹੋਣਾਂ ਨੂੰ, ਜਿਨ੍ਹਾਂ ਨੂੰ ਅਕਸਰ ਤੁਸੀਂ ਪੀਟੀਸੀ ਤੇ ਹੋਰ ਚੈਨਲਾਂ ਤੋਂ ਸਰਵਣ ਕਰਦੇ ਹੋ, ਉਹ ਅੱਜ ਗੁਰੂ ਕੀ ਸੰਗਤ ਦੇ ਆਪ ਦਰਸ਼ਨ ਦਾਰੇ ਕਰਨ ਵਾਸਤੇ ਆਏ ਨੇ, ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਕਰਨ ਵਾਸਤੇ। ਉਹਨਾਂ ਨੂੰ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਨੂੰ ਬਿਆਨ ਕਰਨ। ਆਓ ਉਹਨਾਂ ਤੋਂ ਗੁਰਬਾਣੀ ਦੇ ਨਾਲ ਭਿੱਜੇ ਹੋਏ ਪ੍ਰਵਚਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।